ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਭਰਾਵਾਂ ਨੂੰ। ਹੋਰ ਕੀ ਹਾਲ ਚਾਲ ਆ? ਮਿੱਤਰੋ, ਜਾਨਵਰ ਪੰਛੀ ਲੋਟ ਹੈ ਅਤੇ ਆਹ ਦੋ ਕਬੂਤਰੀਆਂ ਬਈ ਅੱਜ ਕੱਢਦੇ ਹਾਂ ਇਹਨਾਂ ਨੂੰ। ਕੱਲ੍ਹ ਨਹੀਂ ਕੱਢਿਆ ਸੀ, ਕੱਲ੍ਹ ਦੂਜੀਆਂ ਦੋਹੇ ਛੱਡੀਆਂ ਸੀ ਅਤੇ ਇਹਨਾਂ ਦੋਹਾਂ ਨੂੰ ਅੱਜ ਚੁਕਾਉਣੇ ਆ ਪਾਣੀ। ਇੱਕ ਉਹ ਕਾਲ ਪੁੱਛੀ ਆ ਪੱਠੀ, ਉਹਨੂੰ ਪਾਣੀ ਚੁਕਾਉਂਦੇ, ਉਹਨੂੰ ਪਲਟਾ ਕੇ ਛੱਡਾਂਗੇ ਬਈ, ਕਿਉਂਕਿ ਦਿਨ ਬਣਨ ਲੱਗ ਗਏ ਬਈ। ਅਤੇ ਕਬੂਤਰ ਹੁਣ ਸੁੱਕੇ ਬਾਹਰ ਡਿੱਗਦੇ ਆ ਬਈ, ਪਾਣੀ ਵਾਲੇ ਬਾਹਰ ਡਿੱਗਣ ਲੱਗ ਰਹੇ ਨੇ, ਅਤੇ ਇਹਦਾ ਵਿਚਾਰਿਆਂ 'ਚ ਹੈ ਵੀ ਕੀ ਆ ਫਿਰ। ਇਹਦੀਆਂ ਵੀ ਬਈ ਅੱਖਾਂ ਖਰਾਬ ਹੋਈਆਂ ਸੀ ਕਬੂਤਰੀ ਦੀਆਂ, ਹੈ ਨਾ, ਪਰ ਹੋ ਗਈਆਂ ਵਾਹਿਗੁਰੂ ਕਦੀ ਕਿਰਪਾ ਨਾਲ ਲੋਟ। ਮਾੜੀਆਂ ਮੋਟੀਆਂ ਹੀ ਆ, ਇਹ ਵੀ ਹੋ ਜਾਣਗੀਆਂ। ਇੱਕ ਵਾਰੀ ਪਾਣੀ ਦੇ ਦੇ ਕੇ ਛੱਡ ਲਈਏ ਵਿੱਚ। ਆਏ ਬਲ ਆਪਾਂ ਮੋਟੀ ਨੂੰ ਇਹਨੂੰ ਪਲਟਾਉਣੇ ਆ ਮਿੱਤਰੋ। ਦੇਖਦੇ ਹਾਂ ਕਿੰਨਾ ਕੁ ਨਿਕਲਦਾ ਦਾਣਾ ਪਾਣੀ। ਇਹਨੂੰ ਪਾਣੀ ਪਹਿਲਾਂ ਦੇ ਕੇ ਬਿਠਾਇਆ ਸੀ ਮੈਂ, ਕੱਢ ਜਾਏਗਾ ਮੋਟੀ। ਆਹ ਦੇਖੋ ਮਿੱਤਰੋ, ਲੈ ਮਿੱਤਰੋ ਛੱਡਣ ਲੱਗਿਆ ਪਹਿਲਾਂ ਇਹਨੂੰ ਮੋਟੀ ਨੂੰ। ਇੱਕ ਬੱਚਾ ਮੈਂ ਪਹਿਲਾਂ ਛੱਡ ਰੱਖਿਆ, ਉਹ ਵੀ ਦਿਖਾਉਣਾ ਤੁਹਾਨੂੰ। ਆ ਫਿਰਦਾ ਡੂਸੇ ਜਿਹਾ, ਆਉਂਦਾ ਠੀਕ ਹੈ, ਉਹਨੂੰ ਵੀ ਛੱਡਦੇ ਹਾਂ। ਮੈਂ ਤਿੰਨ ਛੱਡੇ ਨੇ ਮਿੱਤਰੋ ਅੱਜ, ਬਾਹਲੇ ਨਹੀਂ ਨਵੇਂ। ਅਤੇ ਅੱਖਾਂ ਦਾ ਬਈ ਕੁਛ ਕੁ ਤਾਂ ਨਹੀਂ ਲੋਟ ਯਾਰ, ਠੀਕ ਹੈ।
ਜਿਵੇਂ ਆਹ ਬੱਚੇ ਨੂੰ ਵਾਲਾ ਸੀ, ਠੀਕ ਹੈ, ਉਹ ਰੱਤੇ ਜੇ ਨੂੰ ਸੀਗੀਆਂ। ਅੱਛਾ, ਆਹ ਅੱਖਾਂ ਵੀ ਥੋੜ੍ਹਾ ਜਿਹਾ ਠੀਕ ਹੈ ਪਹਿਲਾਂ ਨਾਲੋਂ, ਆਹ ਕਾਲਾ ਅੱਖਾਂ ਵੀ ਠੀਕ ਹੈ, ਆਹ ਵੱਡਾ ਖੱਟੀ ਵਾਲਾ ਕਬੂਤਰ ਵੀ ਠੀਕ ਹੈ, ਆਹ ਸਰੋਂ ਪੁੱਲੀਆਂ ਅੱਖਾਂ ਵਾਲਾ ਵੀ ਬੱਚਾ ਜਿਹਾ ਸੈੱਟ ਹੈ। ਅਤੇ ਆਹ ਕਈ ਬੱਚੇ ਨਹੀਂ ਹੋ ਰਹੇ ਆ, ਇਹ ਮੈਨੂੰ ਚੱਕਣੇ ਮੈਨੂੰ ਲੱਗਦਾ ਸਾਈਡ 'ਤੇ ਕਰਦੇ ਹਾਂ ਤਾਂ ਫਿਰ ਯਾਰ ਜਾਲ 'ਚ ਹੈ ਨਾ, ਬੱਚਿਆਂ ਦੀ ਡਰ ਹੀ ਨਹੀਂ ਬਾਈ ਦੀ, ਕੋਈ ਲੈਣਾ ਨਹੀਂ ਦੇਣਾ ਨਹੀਂ, ਅਤੇ ਬੱਚੇ ਫਿਰ ਯਾਰ ਜ਼ਿਆਦਾ ਬਿਮਾਰ ਹੋ ਜਾਂਦੇ ਆ, ਤਾਂ ਕਰਕੇ ਬਈ ਆਪਾਂ ਚੱਕਦੇ ਨਹੀਂ ਗੋਡੇ ਨੂੰ, ਠੀਕ ਆ। ਅਤੇ ਇੱਧਰਲਿਆਂ 'ਚ ਵੀ ਦੇਖਦੇ ਹਾਂ ਕਿਹਨੂੰ ਕਿਹਨੂੰ ਫਰਕ ਹੈ, ਅਤੇ ਇੱਧਰ ਵੀ ਕਾਫੀਆਂ ਨੂੰ ਹੈ, ਆਹ ਦੇਖ ਲਓ ਡੱਬੇ ਨੂੰ ਵੀ ਫਰਕ ਆ ਬਈ, ਆਹ ਵੀ ਪੱਠੀ ਸਹੀ ਆ ਹੁਣ, ਠੀਕ ਹੈ, ਉਹ ਕੂੰਜੇ 'ਚ ਬੈਠਾ ਬਚਾ ਉਹ ਵੀ ਲੋਟ ਹੈ ਜੀ। ਲੈ ਮਿੱਤਰੋ, ਆਹ ਕਬੂਤਰੀ ਸੀ ਬਈ ਜਿਹੜੀ ਕੱਲ੍ਹ ਤੰਗ ਕਰਦੀ ਸੀ, ਅਤੇ ਜ਼ੋਰ ਲਾ ਕੇ ਬੋਰਡ 'ਤੇ ਬਹਿ ਗਈ ਸੀ, ਅਤੇ ਹੁਣ ਇਹਨੂੰ ਧੁੱਪੇ ਰੱਖਿਆ 10 ਮਿੰਟ ਪਾ ਕੇ ਵੀ ਚੱਲ ਧੁੱਪ ਲੱਗ ਜੂਗੀ, ਕੁਛ ਕੁ ਬੱਚੇ ਆਹ ਪਾ ਰੱਖੇ ਨੇ, ਅਤੇ 3 ਛੱਡੇ ਸੀ ਬਈ, ਬੱਚਾ ਬਹਿ ਗਿਆ ਉਹ ਕਰਤਾ ਖੁੱਡੇ 'ਚ, ਅਤੇ ਕਬੂਤਰੀ ਵੀ ਆਹ ਫਿਰਦੀ ਹੈ, ਕਿੱਧਰ ਗਈ ਇੱਕ ਤਾਂ ਧੁੱਪੇ 'ਚ ਮੈਨੂੰ ਗੀਂਦਾ ਘੱਟ ਹੈ, ਫੋਨ ਹੀ ਇੰਨਾ ਹੋ ਰਿਹਾ, ਆਹ ਫਿਰਦੀ ਆ ਬਈ ਦੋਹੇ ਕਬੂਤਰੀਆਂ, ਆ ਜਾਂਦੀਆਂ, ਠੀਕ ਹੈ। ਬਾਕੀਆਂ ਨੂੰ ਕੁਛ ਕਾ ਬੈਠਿਆ ਬਈ, ਇੱਕ ਜੋੜੀ ਲਾਤੀ ਨਵੀਂ, ਠੀਕ ਹੈ, ਬਾਈ ਵਾਲਿਆਂ 'ਚ ਲਿਆਂਦਿਆਂ 'ਚੋਂ, ਅਤੇ ਕੁਛ ਕਾ ਵਿਚਾਰੇ ਥੱਲੇ ਬੈਠੇ ਆ, ਕਿਉਂਕਿ ਇਹਨਾਂ ਨੂੰ ਉੱਧਰ ਤਾਂ ਨਹੀਂ ਵੜ ਰਿਹਾ ਬਈ, ਇਹਨਾਂ 'ਚ ਯਾਰ ਬਿਮਾਰੀ ਆ ਜਿਹੜੀ ਅੱਖਾਂ ਵਾਲੀ ਹੈ ਨਾ, ਕੁਛ ਕੁ ਦਾ ਤੁਹਾਨੂੰ ਦੱਸਿਆ ਫਰਕ ਆ, ਠੀਕ ਹੈ। ਅਤੇ ਬਾਕੀ ਜਿਵੇਂ ਜੇ ਆਉਣਗੀਆਂ ਅਪਡੇਟ ਦੇਵਾਂਗੇ ਵੀਰੇ, ਅਤੇ ਕੀ ਕਰਦੇ ਹਾਂ। ਇੱਕ ਬਈ ਘਰ ਬਾਈ ਕਈ ਭਰਾਵਾਂ ਦੇ ਨਾ ਮੈਸੇਜ ਆਉਂਦੇ, ਸਾਡੇ ਕਬੂਤਰ ਸੁੱਕ ਜਾਂਦੇ ਆ, ਡਾਈਆਂ ਵਾਲੇ ਕਬੂਤਰ ਸੁੱਕ ਜਾਂਦੇ ਆ। ਸਾਰਿਆਂ ਨੂੰ ਵੱਡਾ ਇੱਕੋ ਹੀ ਕਾਰਨ ਆ ਬਈ, ਆਪਣਾ ਸਵੇਰੇ ਛੱਡਣ ਦਾ ਅਤੇ ਬੈਠਿਆਂ ਨੂੰ ਸਾਂਭਣ ਦਾ, ਉਹ ਕਾਰਨ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੁਣ। ਪ੍ਰਤਿਆ ਕੇ ਦੇਖ ਲਿਓ ਇੱਕ ਕਬੂਤਰ 'ਤੇ, ਜਦੋਂ ਕਬੂਤਰ ਆਉਂਦਾ ਬਾਈ ਆਏ ਨੂੰ, ਚਾਹੇ ਉਹ ਘੰਟਾ ਲਾਵੇ 2 ਘੰਟੇ ਲਾਵੇ, ਆਉਂਦੇ 'ਤੇ ਬੱਤੀ ਲਾ ਕੇ, ਠੀਕ ਆ, ਉਹਨੂੰ ਬਿਠਾਓ, ਘੱਟੋ ਘੱਟ 15 ਮਿੰਟ 20 ਮਿੰਟ ਉਹਨੂੰ ਰੈਸਟ ਦਿਓ, ਠੀਕ ਹੈ। ਉਦੋਂ ਬਾਅਦ ਉਹਦੀ ਥੋੜ੍ਹੀ ਜਿਹੀ ਨੋਕ ਲਵਾਓ ਵੀ, ਬਸ ਐਂ ਹਿਸਾਬ ਲਾ ਲਓ 2 ML ਪਾਣੀ ਜਾਵੇ, ਅਤੇ ਉਦੋਂ ਬਾਅਦ ਉਹਨੂੰ ਸਾਫ ਕੰਨ ਕੋਲ 10-15 ਮਿੰਟਾਂ ਬਾਅਦ ਚੱਕੋ, ਚੱਕ ਕੇ ਉਹਨੂੰ ਕੰਨ ਕੋਲ ਖੜਕਾ ਕੇ ਦੇਖਿਓ ਵੀ ਉਹਦੇ ਪਾਣੀ ਹੈਗਾ ਬੋਟੇ 'ਚ, ਜੇ ਹੈਗਾ ਫਿਰ ਨਾ ਦਿਓ, ਜੇ ਖਿੱਚ ਗਿਆ ਤਾਂ ਉਹਨੂੰ ਫੇਰ ਦੁਬਾਰਾ, ਠੀਕ ਆ, 5 ML ਦੀ ਨੋਕ ਲਵਾਓ, ਜਦੋਂ ਉਹ ਖਿੱਚ ਗਿਆ ਫਿਰ ਇੱਕ, ਉਦੋਂ ਬਾਅਦ ਬਈ ਫਿਰ ਇੱਕ ਨੋਕ ਲਵਾਓ, ਠੀਕ ਆ। ਉਹ ਪਾਣੀ ਖਿੱਚ ਗਿਆ ਤਾਂ ਉਦੋਂ ਬਾਅਦ ਜਾ ਕੇ ਜਦੋਂ ਤੁਸੀਂ ਪੂਰਾ ਪਾਣੀ ਧਰੋਗੇ, ਐਟੋਮੈਟਿਕ ਜਿਵੇਂ ਜਿਵੇਂ ਨੋਕਾਂ ਲਵਾਈ ਜਾਵਾਂ, ਕਬੂਤਰ ਥੱਲੋਂ ਸੈੱਟ ਹੋਈ ਜਾਊਗਾ, ਦੇਖ ਲਿਓ ਤੁਸੀਂ, ਉੱਡ ਗਿਆ ਕਬੂਤਰ ਨੂੰ ਦੇਖੋ ਥੱਲੋਂ ਕਾਲਾ ਹੋ ਜਾਊਗਾ, ਠੀਕ ਹੈ। ਆਪਾਂ ਹੀ ਕਰਦੇ ਹਾਂ, ਆਪਾਂ ਬਈ ਆਏ ਨੂੰ 15-20 ਮਿੰਟ ਬਿਠਾਉਣੇ ਆ, ਠੀਕ ਆ, ਬਿਠਾ ਕੇ ਉਦੋਂ ਬਾਅਦ ਸਿੱਧਾ ਪਾਣੀ ਪਿਆ ਦੇਣਾ। ਕਈ ਵਾਰੀ ਕਬੂਤਰ ਪਾਣੀ ਰੋਕ ਜਾਂਦਾ ਹੈ ਨਾ, ਕਿਉਂਕਿ ਇਕੱਠਾ ਪਾਣੀ ਦਿੱਤਾ ਬਈ ਲੀਵਰ ਅੰਦਰ ਜਾ ਕੇ ਇਹਨਾਂ ਦੇ ਪੋਟੇ 'ਚ ਗਰਮ ਹੋ ਜਾਂਦਾ, ਅਤੇ ਮੁੜ ਕੇ ਕਬੂਤਰ ਬਣਦਾ ਨਹੀਂ ਬਈ, ਘਟਣ ਲੱਗ ਜਾਂਦਾ, ਠੀਕ ਹੈ। ਇਹ ਮੇਰੇ ਵੀ ਕਈ ਕਬੂਤਰਾਂ ਨਾਲ ਮੈਥੋਂ ਗਲਤੀਆਂ ਹੋਈਆਂ ਸੀ, ਠੀਕ ਹੈ, ਉਹੀ ਗੱਲ ਆਪਾਂ ਕਈ ਵਾਰੀ ਦਿਮਾਗ 'ਚ ਰੱਖਦੇ ਨਹੀਂ ਇਹ ਗੱਲਾਂ, ਇਹ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਕਬੂਤਰ ਪੂਰੇ ਹੁੰਦੇ ਨੇ, ਹੁਣ ਆਹ ਫਿਰਦੀਆਂ ਨੇ।
ਇੱਕ ਤਾਂ ਇਹਦੀ ਕੈਮਰੇ ਦੀ ਸੈਟਿੰਗ ਕਰਨ ਵਾਲੀ ਹੈ ਇਹ ਸਾਲਾ, ਉੱਤੋਂ ਆਪਦੇ ਜ਼ੂਮ ਕਰ ਰੱਖਿਆ ਫਿਰ ਵੀ ਭਾਵੇਂ ਕਬੂਤਰ 'ਤੇ ਫੋਕਸ ਨਹੀਂ ਕਰਦਾ, ਕੀ ਚੱਕਰ ਹੈ? ਆਉਂਦੀਆਂ ਕਬੂਤਰੀਆਂ ਦਿਖਾਉਣਾ ਹੁਣ ਤੁਹਾਨੂੰ ਮੈਂ, ਆਉਂਦੀਆਂ ਉਹੀ ਗੱਲ। ਠੀਕ ਹੈ ਮਿੱਤਰੋ, ਇਹੀ ਕਾਰਨ ਨੇ ਤੋ ਇੱਕ ਸਵੇਰੇ ਛੱਡਣ ਦਾ, ਠੀਕ ਹੈ, ਇੱਕ ਆਏ ਨੂੰ ਸਾਂਭੇ ਦਾ, ਬਸ ਆਹ ਦੋ ਕਾਰਨਾਂ ਕਰਕੇ ਆਪਣੇ ਕਬੂਤਰ ਖਰਾਬ ਹੁੰਦੇ ਨੇ ਬਾਈ। ਠੀਕ ਹੈ, ਇਹ ਮੈਂ ਵੀ ਦੇਖਿਆ ਪਰਤਿਆ ਕੇ, ਅਤੇ ਕਰਕੇ ਤੁਸੀਂ ਵੀ ਦੇਖਿਓ, ਅਤੇ ਜੇ ਨਾ ਸਹੀ ਲੱਗੇ ਫਿਰ ਮੈਨੂੰ ਕਿਹੋ। ਕੀ ਹਾਲ ਚਾਲ ਹੈ ਮਿੱਤਰੋ? ਅਤੇ ਲੈ ਮਿੱਤਰੋ, ਇੱਕ ਨੂੰ ਬਦਾਮ ਪਾ ਤੇ, ਇਹਨੂੰ ਤਾਂ ਪਾ ਤੇ, ਅਤੇ ਆਹ ਖੱਟੀਆਂ ਵਾਲੀ ਆਪਣੀ, ਅਤੇ ਕੱਲ੍ਹ ਇਹਦੀ ਪਾਣੀ ਵਾਲੀ ਵਾਰੀ ਸੀ, ਅਤੇ ਖੜ ਜਾ, ਆਹ ਖੜ ਜਾ, ਦੋ ਮਿੰਟ ਖੜ ਜਾ ਬੇਟਾ, ਖੜ ਜਾ, ਚੱਲ। ਅਤੇ ਇਹਨੂੰ ਵੀ ਪਾ ਤੇ ਮਿੱਤਰੋ, ਅਤੇ ਇੱਕ ਬਈ ਹੁਣ ਹਾਸਾ ਵੀ ਆਉਂਦਾ ਭਰਾਵਾਂ ਦੀਆਂ ਗੱਲਾਂ ਤੋਂ, ਅਤੇ ਕੀ ਕਰੀਏ ਹੁਣ, ਭਰਾ ਨੇ ਹੁਣ ਵੱਡੇ ਆ, ਪਤਾ ਨਹੀਂ ਛੋਟੇ ਆ। ਅਤੇ ਬਾਈ ਨੇ ਇੱਕ ਨੇ ਕਮੈਂਟ ਕੀਤਾ ਸੀ, ਕਹਿੰਦਾ ਭਰਾ ਮੇਰੇ ਆਪਾਂ ਭੱਜ ਕੇ ਆਉਣੇ ਆ, ਠੀਕ ਆ, ਅਤੇ ਆਪਾਂ ਭੱਜ ਕੇ ਆਉਣੇ ਆ, ਆ ਕੇ ਅਤੇ ਆਪਾਂ ਤਾਂ ਨਹੀਂ ਆਪਦਾ ਗਲ ਸਾਫ਼ ਕਰਦੇ ਜਾਂ ਬੱਤੀਆਂ ਲਾਉਂਦੇ, ਹੈ ਨਾ, ਜਾਂ ਪਰਨਾ ਮਾਰਦੇ, ਅਤੇ ਫਿਰ ਕਬੂਤਰਾਂ ਦੇ ਕੀ ਰੋਲ ਹੈ ਇਹਦਾ? ਅਤੇ ਉਹ ਬਾਈ ਨੂੰ ਮੈਂ ਦੱਸਣਾ ਚਾਹੁੰਦਾ ਵੀ ਵੀਰ ਮੇਰਿਆ, ਆਪਾਂ ਬੋਲ ਸਕਦੇ ਹਾਂ ਨਾ, ਆਪਣੇ ਕਿਤੇ ਦਰਦ ਹੁੰਦਾ ਜਾਂ ਆਪਾਂ ਨੂੰ ਕੋਈ ਵੀ, ਆਪਾਂ ਨੂੰ ਖੰਘ ਹੈ, ਬਲਗਮ ਹੈ, ਬੁਖਾਰ ਚੜ੍ਹਿਆ ਜਾਂ ਕੁਛ ਕਰਨਾ ਜਾਂ ਭੁੱਖ ਲੱਗੀ ਹੈ, ਪਾਣੀ ਦੀ ਤੇਹ ਹੈ, ਆਪਾਂ ਬੋਲ ਸਕਦੇ ਹਾਂ ਮਿੱਤਰਾ, ਆਪਾਂ ਬੋਲ ਕੇ ਆਪਾਂ ਆਪ ਵੀ ਕਰ ਸਕਦੇ ਹਾਂ, ਠੀਕ ਹੈ। ਅਤੇ ਇਹ ਬੇਜਵਾਨ ਨੇ, ਇਹਨਾਂ ਨੇ ਬੋਲਣਾ ਨਹੀਂ, ਅਤੇ ਆਪਾਂ ਤਾਂ ਬਈ ਜੇ ਮੂੰਹ 'ਚ ਕੁਛ ਆ ਗਿਆ, ਬਲਗਮ ਆ ਗਈ, ਆਪਾਂ ਤਾਂ ਦੇਵਾਂਗੇ ਥੁੱਕ, ਅਤੇ ਇਹ ਵਿਚਾਰੇ ਕਿੱਥੋਂ ਥੁੱਕਣਗੇ ਵੀਰੇ, ਠੀਕ ਆ। ਤਾਂ ਕਰਕੇ ਮਿੱਤਰ ਆਪਾਂ ਇਹਨਾਂ ਦੇ ਬੱਤੀ ਲਾਉਣੇ ਆ ਵੀ ਇਹਦੇ ਮੂੰਹ 'ਚ, ਕਿਉਂਕਿ ਹੁਣ ਕਣਕਾਂ ਵੱਡੀਆਂ ਨੇ ਬਈ, ਠੀਕ ਹੈ, ਤੂੜੀਆਂ ਲੋਕਾਂ ਦੀਆਂ ਬਣੀਆਂ ਨੇ, ਅਤੇ ਹੁਣ ਤੁਹਾਨੂੰ ਪਤਾ ਲੋਕ ਵਾਹਣ ਵਾਹੀ ਜਾਂਦੇ ਆ ਬਈ, ਮਿੱਟੀ ਘੱਟਾ ਉੜਦਾ, ਉਹ ਸਾਰਾ ਬਈ ਇਹਨਾਂ ਦੇ ਨੱਕ ਦੇ ਮੂੰਹ 'ਚ, ਹੈ ਨਾ, ਵਿਚਾਰਿਆਂ ਦੇ ਜੰਮ ਜਾਂਦਾ। ਜੇ ਆਪਾਂ ਸਾਫ਼ ਨਹੀਂ ਕਰਦੇ ਅਸੀਂ ਬਈ ਪਾਣੀ ਪਿਆਉਂਦੇ ਹਾਂ, ਤਾਂ ਉਹ ਜਿਹੜਾ ਗੰਦ ਪਿੱਲ ਹੁੰਦਾ ਸਾਰਾ ਅੰਦਰ ਜਾਂਦਾ, ਅੰਦਰ ਜਾ ਕੇ ਵਿਚਾਰੇ ਬਿਮਾਰ ਹੁੰਦੇ ਆ। ਇਸ ਕਰਕੇ ਬਈ ਆਪਾਂ ਬੱਤੀ ਲਾਉਂਦੇ ਹਾਂ, ਸਾਫ਼ ਕਰਦੇ ਹਾਂ, ਠੀਕ ਆ। ਅਤੇ ਜੇ ਆਪਾਂ ਭੱਜ ਕੇ ਆਉਂਦੇ ਹਾਂ ਜਾਂ ਜਿੰਮ ਲਾਉਂਦੇ ਹਾਂ, ਠੀਕ ਆ, ਤਾਂ ਆਪਾਂ ਨੂੰ ਬਈ ਉਹੋ ਜਿਹਾ ਹਿਸਾਬ ਪਤਾ ਹੁੰਦਾ, ਠੀਕ ਆ, ਵੀ ਆਪਾਂ ਇੰਨਾ ਕੁ ਲਾਉਣਾ ਹੈ। ਅਤੇ ਕਈ ਵਾਰੀ ਆਪਾਂ ਓਵਰ ਵੇਟ ਲਾ ਲੈਂਦੇ ਹਾਂ ਤਾਂ ਬਈ ਖੱਲੀਆਂ ਚੜ੍ਹ ਜਾਂਦੀਆਂ, ਫਿਰ ਆਪਾਂ ਮਾਲਸ਼ਾਂ ਕਰਦੇ ਹਾਂ ਜਾਂ ਕਰਾਉਂਦੇ ਹਾਂ, ਠੀਕ ਆ। ਉਹੀ ਕੰਮ ਇਹਨਾਂ ਦੇ, ਇਹਨਾਂ ਦੇ ਵਿਚਾਰਿਆਂ ਦੇ ਹੱਥ ਤਾਂ ਲੱਗੇ ਨਹੀਂ ਵੀ ਜਿਹੜੇ ਆਪਦੀਆਂ ਲੱਤਾਂ ਘੁੱਟ ਲੈਣਗੇ ਇਹ, ਠੀਕ ਆ, ਜਾਂ ਕੁਛ ਕਰ ਲੈਣਗੇ। ਸੋ ਇਹਦੇ ਕਰਕੇ ਬਈ ਜਿਹੜੀਆਂ ਆਪਾਂ ਲੱਤਾਂ ਪੈਰਾਂ 'ਚੋਂ ਕੜਾਕੇ ਕੱਢਦੇ ਹਾਂ ਜਾਂ ਇਹਨਾਂ ਦੇ ਪੱਲੇ ਮਲਦੇ ਹਾਂ, ਹੈ ਨਾ, ਠੀਕ ਆ, ਉਹ ਆਪਾਂ ਤਾਂ ਕਰਦੇ ਹਾਂ ਵੀ ਬਈ ਰਿਲੈਕਸ ਹੋ ਜਾਣ ਥੋੜ੍ਹੇ ਜਿਹੇ ਵਿਚਾਰੇ, ਜ਼ੋਰ ਲੱਗਿਆ ਹੁੰਦਾ। ਬੱਤੀ ਤਾਂ ਲਾਉਂਦੇ ਹਾਂ ਬਈ ਮੂੰਹ ਸਾਫ਼ ਹੋ ਜੇ, ਠੀਕ ਆ, ਮੂੰਹ 'ਚ ਜਿਹੜਾ ਵੀ ਗੰਦ ਪਿੱਲ ਮਿੱਟੀ ਘੱਟਾ ਜੋ ਵੀ ਲੱਗਿਆ ਹੁੰਦਾ, ਠੀਕ ਆ, ਅਤੇ ਉਹ ਸਾਰੇ ਦਾ ਸਾਰਾ ਸਾਫ਼ ਹੋ ਜੇ। ਅਤੇ ਕਬੂਤਰ ਨੂੰ ਜਦੋਂ ਪਾਣੀ ਪਿਆਈਏ, ਠੀਕ ਆ, ਤਾਂ ਇਹਦੇ ਪਾਣੀ ਨਾਲ ਆਏ ਆ ਵੀ ਇਹਦੇ ਅੰਦਰੋਂ ਬਿਮਾਰ ਨਾ ਹੋਵੇ, ਠੀਕ ਆ ਮਿੱਤਰ। ਤੈਨੂੰ ਸ਼ਾਇਦ ਪਤਾ ਹੁਣ ਬਈ ਬਣ ਕੇ ਸਮਝ ਆ ਗਈ ਹੋਣੀ। ਸੋ ਭਰਾ ਬਣ ਕੇ ਜਵਾਕਾਂ ਵਾਲੇ ਕਮੈਂਟ ਨਾ ਕਰਿਆ ਕਰੋ। ਅਤੇ ਪਤਾ ਨਹੀਂ ਹੁਣ ਭਰਾ ਨੇ ਚੌੜ 'ਚ ਕੀਤਾ ਸੀ ਜਾਂ ਗੁੱਸੇ 'ਚ ਕੀਤਾ ਸੀ ਜਾਂ ਕਾਹਦੇ ਪਿੱਛੇ ਕੀਤਾ ਸੀ, ਠੀਕ ਆ। ਆਪਾਂ ਤਾਂ ਮਿੱਤਰੋ ਜੋ ਕਰਦੇ ਹਾਂ ਤੁਹਾਡੇ ਸਾਹਮਣੇ ਕਰਦੇ ਹਾਂ, ਆਹ ਪਈ ਆ ਬੱਤੀ, ਠੀਕ ਆ, ਅਤੇ ਆਹ ਕਬੂਤਰੀਆਂ ਨੇ, ਇਹ ਉਤਰੀਆਂ ਸੀ ਅੱਜ 12:30 ਬਈ, ਠੀਕ ਆ। ਕੱਚੀਆਂ ਕਬੂਤਰੀ ਆ, ਉਹ ਕੱਚੀ ਆ ਕਬੂਤਰੀ ਹਜੇ, ਉਹਨੂੰ ਅੱਜ ਪਲਟ ਕੇ ਛੱਡਿਆ ਸੀ, ਪੱਠੀ ਆ, ਨਾਲੇ ਅੱਖਾਂ ਖਰਾਬ ਨੇ ਮਿੱਤਰੋ ਉਹਦੀਆਂ, ਦੇਖ ਲੈ, ਠੀਕ ਆ। ਨਾਲੇ ਬਈ ਪਰ ਨਹੀਂ ਹੈਗੇ, ਇੱਕ ਮੇਰੇ ਕਬੂਤਰਾਂ 'ਚ ਹੋਰ ਬਿਮਾਰੀ ਆ ਰਹੀ, ਤਿੰਨ ਤਿੰਨ ਚਾਰ ਚਾਰ ਕੰਨੀਆਂ ਇਕੱਠੀਆਂ ਸਿੱਟਦੀਆਂ ਨੇ ਇਹ,
ਠੀਕ ਹੈ, ਪਰਾਂ ਦੀ ਕੋਈ ਇਹਨੂੰ ਪ੍ਰੋਬਲਮ ਆਈ ਹੋਈ ਆ, ਅਤੇ ਆਹ ਸ਼ਾਹ ਅੱਖੀ ਆ, ਇਹ ਪਹਿਲਾਂ ਬਿਮਾਰ ਹੋ ਗਈ ਸੀ, ਠੀਕ ਆ, ਜ਼ੋਰ ਲਾਇਆ ਸੀ ਇਹਨੇ ਅਤੇ ਭੁੱਲ ਭੁਲੇਖੇ ਪਾਣੀ ਪੀ ਗਈ ਸੀ, ਠੀਕ ਆ, ਤਾਂ ਕਰਕੇ ਬਿਮਾਰ ਹੋ ਗਈ ਸੀ। ਹੁਣ ਇਹਨਾਂ ਨੂੰ ਇੱਕ ਇੱਕ ਨੋਕ ਲਵਾਤੀ ਆ, ਉਹ ਦੇਖੋ ਥੱਲੇ ਚਰਬੀ ਵਾਲੀਆਂ ਬਿੱਠਾਂ ਮਾਰੀ ਜਾਂਦੀ ਆ, ਇੱਕ ਇੱਕ ਨੋਕ ਲਵਾਤੀ ਅਤੇ ਇੱਕ ਹੋਰ ਲਵਾਵਾਂਗੇ, ਆਹ ਦੇਖੋ ਬਸ। ਪਰਾਂ ਹੋ ਜਾ, ਚੱਲ ਪਰਾਂ ਬਾਉਲੀ, ਪਰਾਂ ਹੋ, ਪਰਾਂ ਹੋ, ਪੀਲਾ ਪੁੱਤ ਹੋਏ, ਛੇਤੀ ਛੇਤੀ ਪੀਲਾ, ਖੜ ਜਾ, ਪੀਲਾ ਹੋਏ, ਉਹ ਪੀਲਾ ਬਾਉਲੀਏ ਜੀ, ਇਹ ਆ ਜਾ, ਆ ਜਾ, ਭੱਜੀ ਦੇਖ, ਭੱਜੀ ਆਉਂਦੀ ਆ ਬਾਹਰ ਨੂੰ, ਹਟ ਜਾਇਆ ਕਰ, ਹਟ ਜਾਇਆ ਕਰ, ਹਟ ਜਾਇਆ ਕਰ, ਕਿਉਂ ਨਹੀਂ ਹਟਦੀ, ਇਹ ਸਿਆਣੀ ਇੰਨੀ ਆ ਬਈ, ਇਹ ਫੁੱਲੂ ਵਾਲੀ ਛੱਡੀ ਸੀ, ਛੋਟਾ ਚੀਕਦਾ ਜਿਹਾ ਬੱਚਾ, ਆਪਾਂ ਇਹ ਦੂਸਰਾ 'ਚ ਛੱਡਿਆ ਸੀ ਪਿਛਲੀ ਵਾਰੀ, ਨਾ ਸੱਚ ਕਹਿਰ 'ਚ ਛੱਡਿਆ ਸੀ, ਦਿਨ ਜੇ ਵਧੀਆ ਸੀ, ਮਤਲਬ ਹੈਗਾ ਸੀ 37-41 ਦਾ ਟੈਂਪਰੇਚਰ, ਅਤੇ ਦਿਨੀ ਮਾਰ ਗਈ ਸੀ ਬਈ, ਰਾਤ ਨੂੰ ਗੁੰਮ ਗਈ ਸੀ, ਇਹ ਉਸੇ ਪਿੰਡੀ ਐਤਕੀ ਆਪਣਾ ਕਬੂਤਰ ਗੁੰਮਿਆ, ਐਤਕੀ ਤਾਂ ਬਈ ਪਤਾ ਨਹੀਂ ਰੱਬ ਜਾਣੇ ਨਾਲ ਦੀ ਨਾਲ ਹੀ ਗੋਲ ਕਰਤਾ, ਠੀਕ ਆ, ਇੱਕ ਸਕਿੰਟ 'ਚ ਹੀ ਕਬੂਤਰ ਗਾਇਬ ਹੋ ਗਿਆ, ਪਤਾ ਵੀ ਹੈ ਮੈਨੂੰ ਕਿਹਨੇ ਚੱਕਿਆ, ਕੋਈ ਨਾ ਦੇ ਦੇਣਗੇ ਜੇ ਦੇਣਾ ਹੋਇਆ ਤਾਂ, ਕਿਉਂਕਿ ਕਈ ਵਾਰੀ ਬੰਦਿਆਂ ਦੇ ਨਾ ਥੋੜ੍ਹੇ ਦਿਨਾਂ ਬਾਅਦ ਜਾਂ ਮਨ 'ਚ ਆ ਜਾਂਦਾ ਤਾਂ ਵੀ ਮੋੜ ਦਈਏ, ਠੀਕ ਆ, ਅਤੇ ਆਪਣਾ ਉੱਥੋਂ ਵਾਲਾ ਬੱਚਾ ਵੀ ਜਿਵੇਂ ਮਿਲ ਗਿਆ, ਠੀਕ ਆ, ਉਹ ਭਰਾ ਨੂੰ ਵਿਚਾਰੇ ਨੇ, ਕਿਉਂਕਿ ਆਪ ਤਾਂ ਸਾਂਭਦਾ ਨਹੀਂ, ਕੋਈ ਜਵਾਕ ਸਾਂਭਦੇ ਨੇ, ਆਪ ਤਾਂ ਕੰਮ 'ਤੇ ਹੁੰਦਾ, ਅਤੇ ਜਿੱਦੇ ਆਇਆ ਵਿਚਾਰਾ, ਉਹਨੇ ਦੇਖਿਆ ਵੀ ਕਬੂਤਰ ਬੈਠਾ ਬਾਈ ਦਾ, ਫੋਨ ਕਰੀ ਉਹਨੇ, ਫੋਨ ਕਰਤਾ ਆਪਾਂ ਨੂੰ, ਅਤੇ ਉਹ ਗੁਰੀ ਚੱਕ ਲਿਆ, ਕਬੂਤਰ ਗੁਰੀ ਕੋਲ ਬੈਠਾ ਬੱਚਾ, ਅਤੇ ਆਹ ਉਹਦੀ ਭੈਣ ਆ ਬਾਈ, ਇਕੱਠੇ ਭੈਣ ਭਾਈ ਆਏ ਸੀ ਆਪਣੇ ਕੋਲ, ਠੀਕ ਆ, ਜਿਹੜੇ ਕਬੂਤਰ ਦਾ ਉਹ ਬੱਚਾ, ਉਹ ਕਬੂਤਰ ਦੀ ਭੈਣ ਦੀ ਪੱਠੀ ਆ, ਅਤੇ ਸੁੱਕੀ 1.5-2 ਦਾ ਟਾਈਮ ਕਰਦੀ ਆ ਬਾਈ, ਹੁਣ 4-5 ਦਿਨ ਹੋ ਗਏ ਡਾਈ ਨਹੀਂ ਸੀ, ਅਤੇ ਅੱਜ 12:30 ਬੈਠੀ ਆ, ਅਤੇ ਆਹ ਸ਼ਾਹ ਆਖੀ, ਤੁਹਾਨੂੰ ਦੱਸਿਆ ਫੌਜੀ ਧਮੋਟ ਵਾਲਿਆਂ 'ਚ ਕਬੂਤਰਾਂ 'ਚੋਂ ਆਪਣਾ ਕਬੂਤਰ ਮਰ ਗਿਆ ਅਟੈਕ ਨਾਲ, ਅਤੇ ਉਹਦੀ ਪੱਠੀ ਆ, ਪਿਛਲੀ ਵਾਰ ਵੀ ਇਹ ਛੱਡੀ ਸੀ, ਚਲੋ ਟਾਈਮ ਕਟਾ ਗਈ ਸੀ, ਨਾਲ ਦੇ ਪਿੰਡ ਵੱਗ ਗਈ ਸੀ ਬੋਲੀ, ਛੋਟੀ ਹੁੰਦੀ ਸੀ, ਅਤੇ ਐਤਕੀ ਛੱਡਾਂਗੇ, ਦੇਖਦੇ ਹਾਂ ਕੀ ਰੰਗ ਢੰਗ ਕਰਦੀ ਆ ਕੋਈ ਵਧੀਆ ਜੀ ਬਾਜੀ, ਹੈ ਨਾ, ਹਜੇ ਥੋੜ੍ਹੀ ਸੈੱਟ ਹੋ ਜੇ, ਕਿਉਂਕਿ ਥੱਲੋਂ ਭਰਦੀ ਨਹੀਂ ਬਈ, ਹਜੇ 'ਚ ਬਾਹਲੀ ਜ਼ਿਆਦਾ ਕਮਜ਼ੋਰ ਹੋ ਗਈ ਸੀ, ਹੁਣ ਥੋੜ੍ਹੀ ਲੋਟ ਹੁੰਦੀ ਉਹਨਾਂ ਦੀ, ਆ ਬੈਠੀ ਦੇਖ ਲਓ ਕਿਵੇਂ ਹੈ, ਠੀਕ ਆ, ਅਤੇ ਭਰਾ ਦਾ ਆਂਸਰ ਵੀ ਮਿਲ ਗਿਆ ਹੋਊਗਾ, ਅਤੇ ਹੁਣ ਇਹਨੂੰ ਦੁਬਾਰਾ ਨੋਕ ਨੱਕ ਜਦੋਂ ਲਵਾਵਾਂਗੇ, ਠੀਕ ਆ, ਉਦੋਂ ਤੁਹਾਨੂੰ ਦਿਖਾਵਾਂਗੇ, ਅਤੇ ਭਰਾ ਬਣ ਕੇ ਜਦੋਂ ਨੋਕ ਲਵਾਤੀ ਉਹ ਪਾਣੀ ਖਿੱਚ ਗਈ, ਖੜਕਾ ਕੇ ਦੇਖ ਲਓ ਵੀ ਪਾਣੀ ਖਿੱਚ ਗਈ, ਜਦੋਂ ਪਾਣੀ ਖਿੱਚ ਗਈ ਫਿਰ ਦੂਰੀ ਨੋਕ ਲਵਾਓ ਬਈ, ਇਕੱਠਾ ਪਾਣੀ ਨਾ ਪਿਆਓ ਆਉਂਦਿਆਂ ਨੂੰ, ਠੀਕ ਆ, ਉਹ ਜਦੋਂ ਇਕੱਠਾ ਪਾਣੀ ਪਿਆ ਦਿੰਦੇ ਬਈ, ਉਹ ਲੀਵਰ 'ਚ ਗਰਮ ਹੋ ਜਾਂਦਾ, ਕਈ ਵਾਰੀ ਰੋਕ ਜਾਂਦੇ ਨੇ ਕਬੂਤਰ, ਅਤੇ ਮੁੜ ਕੇ ਆਪਾਂ ਕਹਿ ਦਿੰਦੇ ਆਪਣੇ ਕਬੂਤਰ ਨਹੀਂ ਪਾਉਂਦੇ ਥੱਲੋਂ, ਹੈ ਨਾ, ਅਤੇ ਖਤਮ ਹੋਈ ਜਾਂਦੇ ਨੇ, ਅਤੇ ਕਬੂਤਰ ਆ ਜਿਹੜੇ ਕੁਛ ਕੁ ਬਿਠਾਏ ਹੋਏ ਸੀ ਆਪਣੇ ਧੁੱਪੇ, ਇਹਨਾਂ ਨੂੰ ਵੀ ਲਾਉਣੇ ਆ ਮਿੱਤਰੋ, ਹੁਣ ਟਾਈਮ ਹੋ ਰਿਹਾ ਬਈ 1:30 ਦਾ ਟਾਈਮ ਹੋ ਗਿਆ, ਅਤੇ ਇਹਨਾਂ ਨੂੰ ਵੀ ਲਾਹੀਏ, ਅਤੇ ਚਲੋ ਬਾਕੀ ਫਿਰ ਕਰਦੇ ਤੁਹਾਡੇ ਨਾਲ ਕੋਈ ਗੱਲਬਾਤ, ਜੇ ਕੋਈ ਆ ਗਈ ਜਾਂ ਕੋਈ ਕਮੈਂਟ ਪੜ੍ਹ ਲਿਆ ਉਹਦੀ ਵੀ ਗੱਲਬਾਤ ਕਰਾਂਗੇ। ਬਾਕੀ ਬੱਚਿਆਂ 'ਚ ਫਰਕ ਆ ਬਈ, ਹੁਣ ਕਈ ਬੱਚੇ ਸਾਫ਼ ਹੋ ਗਈਆਂ ਅੱਖਾਂ, ਅਤੇ ਕਈ ਨਹੀਂ ਹੋਏ ਹਜੇ, ਇਸੇ ਕਰਕੇ ਬਈ ਆਹ ਜਾਨਵਰ ਨਾ ਆਪਾਂ ਆਡੀ ਰੱਖ ਰੱਖਿਆ ਲਿਆ ਕੇ, ਅਤੇ ਵਿੱਚ ਨਹੀਂ ਆਪਣੇ ਵਾਲਿਆਂ ਦੇ ਪਾਏ ਵੀ, ਕਿਤੇ ਇਹ ਵੀ ਨਾ ਵਿਚਾਰੇ ਬਿਮਾਰ ਹੋ ਜਾਣ, ਅਤੇ ਆਹ ਬਣਾ ਬਲੈਕੀ ਬੈਠਾ ਵਿੱਚ ਹੀ, ਠੀਕ ਆ, ਅਤੇ ਹੁਣ ਤਾਂ ਇੰਨਾ ਖਤਰਾ ਰਹਿੰਦਾ ਬਈ ਜਾਨਵਰਾਂ ਦਾ, ਕੁੱਤੇ 2-2 ਰੱਖੇ ਹੋਏ ਆ, 3-3, ਠੀਕ ਆ, 2 ਬਾਰ ਬੈਠੇ ਆ, ਇੱਕ ਨਿੰਮ ਥੱਲੇ ਬੰਨਿਆ ਹੋਇਆ ਵੱਡਾ ਆਪਣਾ ਅਮੈਰੀਕਨ ਪਿਟਬੁੱਲ ਆ ਜਿਹੜਾ ਬਲੂ ਕਲਰ 'ਚ, ਠੀਕ ਆ, ਇੱਕ ਇਹ ਬਲੈਕੀ ਹੋ ਗਿਆ, ਇੱਕ ਹੋਰ ਆ ਆਪਣੇ ਕੋਲ, ਠੀਕ ਆ, ਅਤੇ ਆਹ ਇੱਧਰ ਆਪਣੇ ਬਚੜੇ, ਆਹ ਕਾਣੀ ਕਬੂਤਰੀ ਬਾਈ ਦੀ, ਵੱਡੀ ਕਬੂਤਰੀ ਆ ਪਰਮਿੰਦਰ ਦੀ, ਅਤੇ ਆਹ ਆਪਣੇ ਫੌਜੀ ਧਮੋਟ ਵਾਲੇ ਸੰਗਰੂਰ ਵਾਲੇ ਕਬੂਤਰ,
ਇਹ ਵੀ ਇੱਧਰ ਛੱਡਤੇ, ਮਹਾਂ ਚੱਲ ਇੱਧਰ ਘੱਟ ਨੇ ਕਬੂਤਰ, ਇੱਧਰ ਜੋੜੀਆਂ ਇੱਕ ਦੋ ਹੋਰ ਲਾਵਾਂਗੇ। ਆਹ ਦੇਖੋ ਬਈ ਮੱਛਰਾਂ ਨੇ ਕੀ ਹਾਲ ਕੀਤਾ ਜਵਾਕਾਂ ਦਾ ਯਾਰ, ਕੀ ਕਰੀਏ ਦੱਸ। ਨਾਲੇ ਡੇਲੀ ਆਹ ਦੇਖੋ ਡੇਲੀ ਝਗੜੀਆਂ ਲਾਉਣੇ ਆ ਕੁੜੀ ਚੋਦ ਦਾ, ਫਿਰ ਵੀ ਬਸ ਪਤਾ ਨਹੀਂ ਕਿੱਧਰੋਂ ਮੇਰਾ ਸਾਲਾ ਖਰਾਬ ਕਰਦਾ ਯਾਰ, ਬਸ ਇਹਨੇ ਤਪਾਈ ਪਏ ਆ। ਆਹ ਬੱਚੇ ਆਪਣੇ ਕੱਢ ਲਏ ਨੇ ਖੱਟੀਆਂ ਵਾਲੇ ਨੇ, ਅਤੇ ਆਹ ਸ਼ਾਹ ਅੱਖੀ ਨੇ, ਠੀਕ ਆ। ਅਤੇ ਆਹ ਬਾਈ ਫੌਜੀ ਧਮੋਟ ਵਾਲਿਆਂ ਚੋਂ ਪਿਓਰ ਕਬੂਤਰ ਨੇ, ਠੀਕ ਹੈ। ਉਹ ਰੋਂਦੀ ਅੱਖ ਵਾਲੇ ਹੀ ਹੈ, ਇਹਦੀ ਅੱਖ ਹੀ ਸ਼ੁਰੂ ਤੋਂ ਆਇਆ ਕਹਿੰਦਾ, ਇਹ ਆਪਣੇ ਯਾਰ ਤੋਂ ਆਏ ਹੋਏ ਸੰਗਰੂਰ ਵਾਲੇ ਤੋਂ, ਠੱਲਾਂ ਵਾਲੇ ਤੋਂ ਇਹ ਜੋੜਾ ਆਇਆ ਸੀਗਾ, ਅਤੇ ਆਂਡਾ ਧਰਨ ਵਾਲੀ ਹੈ। ਮਹਾਂ ਚੱਲ ਇੱਧਰ ਆਪ ਹੀ ਰੱਖਣਾ ਮੱਲ ਲੂਗੀ, ਚਲੋ ਬਾਕੀ ਕਰਦੇ ਹਾਂ ਗੱਲਬਾਤ ਬਾਈ, ਸੋ ਲੱਭ ਜੂਗਾ ਸਾਰੇ ਭਰਾਵਾਂ ਨੂੰ। ਲੈ ਮਿੱਤਰੋ ਪਾਣੀ ਲਿਆ ਇਹਨਾਂ ਨੇ ਖਿੱਚ, ਬਸ ਪੁੱਤ ਬਸ ਲੈ, ਬਸ ਬਾਹਰ ਨਿਕਲੇਗੀ, ਚੱਲ ਅੰਦਰ। ਅਤੇ ਇੱਕ ਬਾਈ ਵਿੱਚ ਮੈਂ ਯਾਰ ਆਲੂ ਬੁਖਾਰਾ ਬਾਈ ਯਾਰ ਇੰਨਾ ਕਲੀਅਰ ਕੋਈ ਬੰਦਾ ਨਹੀਂ ਦੱਸਦਾ ਹੋਣਾ ਯਾਰ, ਬੰਦਾ ਇੱਕ ਵਾਰੀ ਦੱਸ ਕੇ ਬਰਾਂ ਜਾਂਦਾ ਹੈ ਨਾ, ਮੈਂ ਤਿੰਨ ਤਿੰਨ ਵਾਰੀ ਗੱਲ ਦੱਸਦਾ ਬਾਈ, ਫਿਰ ਵੀ ਨਾ ਪਤਾ ਨਹੀਂ ਕੀ ਚੱਕਰ ਆ ਯਾਰ। ਮੈਂ ਸ਼ੁਰੂ ਤੋਂ ਐਂਡ ਤੱਕ ਗੱਲ ਸਾਰੀ ਦੱਸਦਾ, ਫਿਰ ਵੀ ਦੁਬਾਰਾ ਦੁਬਾਰਾ ਪੁੱਛਣਾ ਵੀਰੇ, ਸ਼ਾਮ ਨੂੰ ਹੀ ਲੱਗੂਗਾ ਵੀਰੇ, ਤੜਕੇ 7 ਵਜੇ ਕਿਵੇਂ ਲਾਉਂਗੇ ਤੁਸੀਂ, ਐਂ ਦੱਸੋ। ਤੜਕੇ ਬਦਾਮ ਲਾ ਤੇ ਜਦੋਂ ਆਪਾਂ, ਠੀਕ ਹੈ, ਬਦਾਮਾਂ ਤੋਂ ਬਾਅਦ ਕਬੂਤਰ ਜਦੋਂ ਖਿੱਚ ਜਾਂਦਾ ਬਾਈ, ਆਪਾਂ ਫੋਕਾ ਪਾਣੀ ਲਾਉਣੇ ਆ, ਉਦੋਂ ਬਾਅਦ ਜਦੋਂ ਬਦਾਮ ਖਿੱਚਦਾ ਸ਼ਾਮ ਨੂੰ 7 ਵਜੇ 5 ਤੋਂ 7 ਦੇ ਵਿੱਚ ਲੱਗਣਗੇ ਬਾਈ, ਸਵੇਰੇ ਕਿਵੇਂ ਲੱਗੂਗਾ ਆਲੂ ਖਾਰਾ ਯਾਰ, ਠੀਕ ਹੈ ਬਾਈ। ਜਿੱਦਾਂ ਆਪਾਂ ਸ਼ਾਮ ਤਾਂ ਉਦੇ ਸਵੇਰੇ ਬਦਾਮ ਦੇ ਕੇ ਅਤੇ ਘੰਟਾ ਬੈਠਾ ਰਹਿਣ ਦਿਉ, ਉਦੋਂ ਬਾਅਦ 10 ml ਪਾਣੀ ਦੇ ਦਿਉ ਵੀ ਉਹ ਖੁਰਾਕ ਖਿੱਚ ਜੇ, ਉਦੋਂ ਬਾਅਦ ਦੁਪਹਿਰੇ ਜੇ 12-1 ਵਜੇ ਉਹਨੂੰ ਪਾਣੀ ਪਿਆ ਦਿਉ ਫੁੱਲ, ਠੀਕ ਹੈ ਵੀ ਆਪਦਾ ਜਿੰਨਾ ਪੀਣਾ ਉਹਨੂੰ ਪੀ ਲੈਣ ਦਿਉ। ਉਦੋਂ ਬਾਅਦ ਬਾਈ 5 ਤੋਂ 7 ਦੇ ਵਿੱਚ ਵਿੱਚ ਜਿਹੜੇ ਹਿਸਾਬ ਨਾਲ ਟੈਂਪਰੇਚਰ ਆ ਉਹੋ ਜਿਹੇ ਹਿਸਾਬ ਨਾਲ 5 ਤੋਂ 7 ਦੇ ਵਿੱਚ ਵਿੱਚ ਲਾ ਦਿਉ ਆਲੂ ਬੁਖਾਰਾ ਸ਼ਾਮ ਨੂੰ, ਠੀਕ ਹੈ ਮਿੱਤਰੋ। ਸੋ ਇੰਨੀ ਕੁ ਗੱਲ ਆ, ਬਾਕੀ ਇਹਨਾਂ ਨੂੰ ਪਾਉਣੇ ਹੁਣ ਬਦਾਮ ਬਦੂਮ, ਸੋ ਲਵ ਯੂ ਆ ਭਰਾ, ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੱਬ ਕੇ, ਜਿਵੇਂ ਪਿਆਰ ਦੇਈ ਜਾਂਦੇ ਐਂ ਦਿਲੋਂ ਪਿਆਰ ਦਿਓ। ਅਤੇ ਹੁਣ ਬਾਜੀ ਆਪਣੀ ਆਉਣ ਵਾਲੀ ਹੈ, ਅਤੇ ਸਾਰੀ ਅਪਡੇਟ ਉੱਤੇ ਰਾਤ ਨੂੰ ਜਿਵੇਂ ਸਾਂਭਾਂਗੇ ਬਈ, ਸਾਰਾ ਟਾਈਮ ਦਿਖਾ ਕੇ ਸਾਂਭਾਂਗੇ ਤੁਹਾਨੂੰ ਵੀ ਕਿਵੇਂ ਕੀ ਕਰੀ ਜਾਂਦੇ ਆਪਾਂ। ਲੋਕਾਂ ਨੂੰ ਗੱਲਾਂ ਮੂੰਹ 'ਤੇ ਬੋਲਦੇ ਨਹੀਂ ਵੀ, ਗੱਲਾਂ ਮੈਂ ਬੋਲ ਬੋਲ ਕੇ ਦੱਸੀ ਚੱਲਾਂ, ਠੀਕ ਹੈ। ਆਪਾਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗੇ, ਲਵ ਯੂ ਆ ਸਾਰੇ ਭਰਾਵਾਂ। ਔਰ ਇੱਕ ਗੱਲ ਹੋਰ ਬਈ, ਆਪਣਾ ਜਿਹੜਾ ਪਾਣੀ ਹੈ ਨਾ ਬਈ, ਆਪਾਂ ਕਿਸੇ ਕਿਤੋਂ ਕੁਛ ਨਹੀਂ ਲੁਕੋਇਆ, ਇਦੋਂ ਪਹਿਲਾਂ ਮੈਨੂੰ 2 ਬੰਦਿਆਂ ਦੇ ਨਾਲ ਗੱਲ ਹੋ ਗਈ ਵੀਰੇ, ਠੀਕ ਹੈ। ਪਾਣੀ ਦਾ ਰਿਜ਼ਲਟ ਆ ਗਿਆ, ਇੱਕ ਬਾਈ ਤੁਹਾਨੂੰ ਦੱਸਿਆ ਸੀ ਪਹਿਲਾਂ ਬਾਈ ਜਿੱਥੇ ਸੀ, ਇੱਕ ਮੈਨੂੰ ਕੱਲ੍ਹ ਫੋਨ ਆਇਆ ਕਹਿੰਦਾ ਬਾਈ ਤੇਰਾ ਪਾਣੀ ਲਾਇਆ ਸੀ, ਰਿਜ਼ਲਟ ਬਹੁਤ ਵਧੀਆ, ਉਹ ਬਾਈ ਨੇ ਆਪਣੇ ਤੋਂ ਗੋਲੀ ਪੁੱਛੀ ਹੈ ਜਿਹੜੀ ਆਪਾਂ ਗੋਲੀ ਦੱਸੀ ਸੀ ਵੀ ਉਹ ਕਿਹੜੇ ਹਿਸਾਬ ਨਾਲ ਬਣਾਉਣੀ ਆ ਬਾਈ, ਠੀਕ ਆ। ਅਤੇ ਜੇ ਬਾਈ ਮਾੜਾ ਮੋਟਾ ਰਿਜ਼ਲਟ ਹੈਗਾ ਪਾਣੀ ਦਾ, ਤਾਂ ਹੀ ਬੰਦੇ ਆਪਾਂ ਨੂੰ ਫੋਨ ਕਰਕੇ ਪੁੱਛਦੇ ਆ ਬਈ, ਜਾਂ ਆਪਾਂ ਨੂੰ ਦੱਸਦੇ ਆ ਵੀ ਆਪਾਂ ਬਾਈ ਤੇਰੇ ਪਾਣੀ 'ਤੇ ਜਿੱਤੇ ਹਾਂ, ਠੀਕ ਆ। ਕਿਉਂਕਿ ਆਪਾਂ ਜਿਹੜੀ ਚੀਜ਼ ਵੀ ਯੂਟਿਊਬ 'ਤੇ ਪਾਵਾਂਗੇ ਬਈ ਤੁਹਾਡੇ ਭਰਾਵਾਂ ਨਾਲ, ਆਪਾਂ ਕਦੇ ਝੂਠ ਤੂਫਾਨ ਨਹੀਂ ਮਾਰਦੇ ਵੀ ਇਕੱਲੀ ਵੀਡੀਓ ਚਲਾਉਣ ਦਾ ਮਾਰਾ ਝੂਠ ਤੂਫਾਨ, ਜੇ ਵੀਡੀਓ ਚਲਾਉਣ ਦਾ ਮਾਰਾ ਹੀ ਹੁੰਦਾ ਨਾ ਤਾਂ ਉਹਨੂੰ ਬਹੁਤ ਕੁਛ ਕਰ ਜਾਂਦਾ ਬਈ, ਪਤਾ ਨਹੀਂ ਕਿੰਨਿਆਂ ਕੁ ਜਾ ਕੇ ਇੰਟਰਵਿਊ ਕਰਿਆ ਆਉਂਦਾ ਜਾਂ ਜੇ ਵੋ ਲੱਲੇ ਭੱਬੇ 100 ਦੱਸੀ ਜਾਂਦਾ, ਪਰ ਆਪਾਂ ਉਹੀ ਦੱਸਦੇ ਹਾਂ ਜਿਹੜੀ ਗੱਲ ਸੱਚ ਹੋਵੇ, ਵੀ ਕੱਲ੍ਹ ਨੂੰ ਕਿਸੇ ਨੂੰ ਗੱਲ ਦੇਣੀ ਨਾ ਜੇ, ਠੀਕ ਆ। ਤਾਂ ਇਸ ਕਰਕੇ ਆਪਾਂ ਜੋ ਦੱਸਿਆ ਬਈ ਸੱਚ ਹੀ ਦੱਸਿਆ, ਅਤੇ ਅੱਗੇ ਵੀ ਸੱਚ ਹੀ ਦੱਸਾਂਗੇ, ਝੂਠ ਆਪਾਂ ਮਾਰਨਾ ਨਹੀਂ। ਜੋ ਕੁਛ ਆਪਾਂ ਕੀਤਾ ਜਾਂ ਆਪਣੇ ਪਾਣੀ ਦਾ ਰਿਜ਼ਲਟ ਆਇਆ, ਜੇ ਨਹੀਂ ਯਕੀਨ ਤਾਂ ਮੇਰੇ ਭਰਾ ਉਹ ਵੀਡੀਓ ਦੇਖਦੇ ਵੀ ਨੇ ਜਿਹੜੇ ਬਾਜੀ ਜਿੱਤੇ ਆ ਜਾਂ ਜਿਨ੍ਹਾਂ ਨੇ ਆਪਣੇ ਪਾਣੀ ਦਾ ਰਿਜ਼ਲਟ ਦੇਖਿਆ, ਉਹ ਬੰਦੇ ਕਮੈਂਟ ਜ਼ਰੂਰ ਕਰਿਓ ਭਰਾ ਬਣ ਕੇ, ਠੀਕ ਹੈ। ਜੇ ਦਿਲੋਂ ਪਿਆਰ ਕਰਦੇ ਹੋ ਤਾਂ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰਿਓ ਵੀ ਹਾਂ ਬਈ ਪਾਣੀ ਦਾ ਰਿਜ਼ਲਟ ਅਸੀਂ ਦੇਖਿਆ, ਠੀਕ ਹੈ। ਲਵ ਯੂ ਆ ਸਾਰੇ ਭਰਾਵਾਂ ਨੂੰ, ਹੁਣ ਦੱਬ ਕੇ ਵੀਡੀਓ ਸ਼ੇਅਰ ਕਰ ਦਿਓ।